ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਮੈਂ ਡਰਾਈਵਰ ਬੱਸਾ ਅਮੀਰ ਕਹਿੰਦਾ, ਤੁਸੀਂ ਠੀਕ ਹੋਗੇ? ਅੱਜ ਦਾ ਵਲੋਗ ਕਰਨਾ ਸਟਾਰਟ ਅਤੇ ਅੱਜ ਫਿਰ ਨਾ ਵਾਹਵਾ ਦਿਨਾਂ ਬਾਅਦ ਸਾਡੇ ਅੱਡੇ ਵਾਲਿਆਂ ਨੇ ਮਸ਼ਵਰਾ ਕੀਤਾ ਵੀ ਜਿਹੜਾ ਨਾ ਬਾਰਿਸ਼ ਨਹੀਂ ਹੋ ਰਹੀ ਸਾਈਡਾਂ ਸੂਡਾਂ 'ਤੇ ਹੋਈ ਜਾ ਰਹੀ ਅਤੇ ਸਾਡੇ ਅੱਡੇ ਵਾਲੀ ਸਾਈਡ 'ਤੇ ਬਾਰਿਸ਼ ਨਹੀਂ ਹੋ ਰਹੀ, ਅਤੇ ਲਿਆਦਾ ਉਹਨਾਂ ਦਲੀਆ ਪਕਾ ਕੇ ਅੱਲਾ ਦੀ ਰਾਜ ਖੈਰਾਤ ਕੀਤੀ ਜਾਏ ਅਤੇ ਨਾਲੇ ਨਾ ਦੁਆ ਕੀਤੀ ਜਾਵੇ ਵੀ ਯਾ ਅੱਲਾ ਬਾਰਿਸ਼ ਅਦਾ ਕਰ ਦੇ। ਅਤੇ ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਮੇਰਾ ਦਲੀਆ ਦਾ ਇੰਤਜ਼ਾਮ ਕਿੱਥੇ ਹੋਇਆ। ਹੈਲੋ, ਉਹ ਭਾਈ ਉਹ ਤਾਂ ਦਲੀਆ ਦਾ ਇੰਤਜ਼ਾਮ ਹੋ ਰਿਹਾ, ਹਲੋ ਚਮਚੀਆਂ ਦੇਣਗੇ ਯਾਰ, ਆਪਾਂ ਨੂੰ ਗਵਾਈ ਕੋਈ ਕੀ ਕਰਨਾ। ਇਹ ਤਾਂ ਦੇਖੋ ਜੀ ਮਾਸ਼ਾਅੱਲਾ, ਜਿਹੜਾ ਬੰਦਿਆਂ ਦੇ ਬੈਠਣ ਵਾਸਤੇ ਇੰਤਜ਼ਾਮ, ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਅਸਲਾਮ ਅਲੈਕੁਮ ਜੀ। ਮੈਂ ਕਿਹਾ ਅੱਲਾ ਕੇ ਦੁਆ ਕਰਨੀ ਸਾਰਿਆਂ ਨੇ ਮਿਲ ਕੇ ਵੀ ਅੱਲਾ ਤਾਲਾ ਬਾਰਿਸ਼ ਰਹਿਮਤ ਦੀ ਅਤਾ ਕਰੇ। ਇੱਧਰ ਇੰਤਜ਼ਾਮ ਹੋ ਰਿਹਾ ਜੀ। ਅਸਲਾਮ ਅਲੈਕੁਮ ਜੀ। ਇੱਧਰ ਦੋ ਤੇਗਾਂ ਲੱਗਦਾ ਪਕਾ ਕੇ ਰੱਖ ਲਈਆਂ, ਅਤੇ ਇੱਕ ਤੇਗ ਜਿਹੜੀ ਹਜੇ ਪੱਕ ਰਿਹਾ ਲੱਗ ਜਾਵੇ। ਚਲੋ ਜੀ, ਦਲੀਆ ਦੀ ਦੇਖ ਹਜੇ ਨਾ ਇੱਕ ਪੱਕਣ ਰਹੀ ਅਤੇ 3 ਵਜੇ ਦਾ ਉਹਨਾਂ ਨੇ ਟਾਈਮ ਰੱਖਿਆ ਕਿ 3 ਵਜੇ ਖਰਾਸ਼ ਸ਼ੁਰੂ ਕਰਾਂਗੇ, ਅਤੇ ਹਜੇ ਤਕਰੀਬਨ 20-25 ਮਿੰਟ ਰਹਿੰਦੇ ਨੇ, ਉਨੀ ਦੇਰ ਠੰਡੀ ਹਵਾ ਲੈ ਕੇ ਆਉਂਦੇ। ਹੈਲੋ, ਉਹ ਭਾਈ 3 ਵਜੇ ਆਉਣਾ, 3 ਵਜੇ ਦਾ ਪ੍ਰੋਗਰਾਮ। ਅਤੇ ਇੱਧਰ ਜੀ ਬੱਚਿਆਂ ਦੇ ਕੰਮ ਚੈੱਕ ਕਰੋ, ਬੱਚੇ ਪਹਿਲੇ ਆ ਗਏ ਨੇ ਅਤੇ ਆਵਾਮ ਜਿਹੜੀ ਹੁਣ ਆਉਣੀ ਸ਼ੁਰੂ ਹੋਈ, ਇੱਧਰ ਆਵਾਮ ਆ ਰਹੀ। ਪਹੁੰਚੋ ਪਹੁੰਚੋ ਤੁਸੀਂ। ਇੱਦਾਂ ਦੇਖੋ ਜੀ ਇੰਤਜ਼ਾਮ ਜਾਰੀ ਨੇ, ਇੱਧਰ ਕਾਜ਼ੀ ਸਾਹਿਬ ਆ ਗਏ ਨੇ। ਤੂੰ ਕੰਮ ਜਾਰੀ ਰੱਖ ਸਰ, ਸਰ ਤੁਸੀਂ ਕੰਮ ਜਾਰੀ ਰੱਖੋ ਮੇਰੇ ਖਾਤੇ। ਇੱਧਰ ਆਖਰੀ ਦੇਖ ਕੇ ਬਣਦੀ ਪਈ ਆ ਰਬਲਮੀਨ। ਇਸ ਖੈਰਾਤ ਨੂੰ ਆਪਣੀ ਬਾਰਗਾਹ ਨੇ ਸ਼ਰਫ ਕਬੂਲੀਅਤ ਅਤਾ ਫਰਮਾ। ਜੁਮਲਾ ਕਲਾਮ ਜੋ ਪੜਿਆ ਹੈ ਉਹ ਖੈਰਾਤ ਦਾ ਇਹਤਮਾਮ ਕੀਤਾ ਗਿਆ ਹੈ। ਮੌਲਾ ਸਰਕਾਰ ਦੁ ਆਲਮ ਹਜ਼ਰਤ ਮੁਹੰਮਦ ਮੁਸਤਫਾ ਅਹਿਮਦ ਸਾਰੇ ਬੰਦੇ ਜੀ ਅੱਲਾ ਦੀ ਅੱਗੇ ਦੁਆ ਕਰਨਗੇ, ਜੇ ਦਲੀਆ ਖਾਣਗੇ ਨਾਲੇ ਦੁਆ ਕਰਨਗੇ ਯਾਰ, ਦੁਆ ਤੇ ਕਰਨਗੇ, ਦੁਆ ਦੇ ਕਿਹੜਾ ਪੈਸੇ ਲੱਗਦੇ ਨੇ। ਹਾਂ ਗੱਲ ਸੁਣ।
ਕਿਸੇ ਬਾਲਟੀ ਇੱਕ ਦਰਿਆ ਪਾ ਲਓ। ਚਲੋ ਜੀ, ਲੋਕ ਕਹਿੰਦੇ ਨੇ ਦੁਆ ਜਿਹੜੀ ਕਬੂਲ ਨਹੀਂ ਹੁੰਦੀ, ਕਬੂਲ ਅੱਲਾ ਸੱਚੇ ਦਿਲ ਨਾਲ ਮੰਗੋ ਤੇ ਅੱਲਾ ਫੌਰੀ ਦੁਆ ਕਬੂਲ ਕਰਦਾ। ਹਜੇ ਤਕਰੀਬਨ 2 ਘੰਟੇ ਹੋਏ ਨੇ ਦਰਿਆ ਤਕਸੀਮ ਕੀਤੇ ਨੂੰ, ਤੇ ਅੱਲਾ ਦੀ ਜ਼ਾਤ ਨੇ ਰਹਿਮਤ ਕਰ ਦਿੱਤੀ ਹੈ ਸਾਡੇ ਰਫੀਕਾਬਾਦ ਏਰੀਏ ਦੇ। ਜਦ ਤੇ ਮੈਂ ਖਿੱਚੀ ਵੱਲੋਂ ਹੁਣ ਆਇਆ ਉੱਥੇ ਬਿਲਕੁਲ ਬਾਰਿਸ਼ ਨਹੀਂ ਹੈਗੀ, ਤੇ ਅੱਲਾ ਦੀ ਰਹਿਮਤ ਹੈ ਨਾ, ਖਸੂਸੀ ਰਹਿਮਤ। ਅੱਲਾ ਨੇ ਦਿਲੋਂ ਮੁਖਲਸ ਹੋ ਕੇ ਦੁਆ ਮੰਗੋ ਤੇ ਅੱਲਾ ਤਾਂ ਤੇ ਅੱਲਾ ਦੀ ਜ਼ਾਤ ਫੌਰੀ ਕਬੂਲ ਕਰ ਲੈਂਦੀ ਹੈ। ਤਕਰੀਬਨ 2 ਘੰਟੇ ਨਹੀਂ ਗੁਜ਼ਰੇ ਤੇ ਅੱਲਾ ਨੇ ਬਾਰਿਸ਼ ਰਹਿਮਤ ਕਾਫੀ ਰਹਿਮਤ ਕਰ ਦਿੱਤੀ ਅੱਲਾ ਤੱਕ। ਤੇ ਇੱਧਰ ਚੈੱਕ ਕਰੋ ਜੀ, ਅੱਲਾਹ ਤਾਲਾ ਦੀ ਹੋਰ ਰਹਿਮਤ ਹੋ ਰਹੀ ਹੈ ਜੀ। ਮਾਸ਼ਾਅੱਲਾ, ਹਜੇ ਬੱਦਲ ਬੜਾ ਹੋਇਆ ਤੇ ਲਿਸ਼ਕ ਵੀ ਪੈ ਰਹੀ, ਇਨਸ਼ਾਅੱਲਾ ਹੋਰ ਅੱਲਾਹ ਦੀ ਰਹਿਮਤ ਹੋ ਰਹੀ ਹੈ ਜੀ। ਹਾਂਜੀ, ਇੱਧਰ ਦੇਖੋ ਅੱਲਾਹ ਦੀ ਰਹਿਮਤ ਚੈੱਕ ਕਰੋ, ਮਾਸ਼ਾਅੱਲਾ ਬੜੀ ਬਾਰਿਸ਼ ਪਾਸ਼ ਖਿੱਚੀ ਵਾਲੇ ਮਾਸਾ ਬਾਰਿਸ਼ ਨਹੀਂ ਹੋਈ, ਅੱਲਾ ਨੇ ਇੱਥੇ ਫੌਰੀ ਦੁਆ ਅੱਲਾ ਨੇ ਕਬੂਲ ਕਰ ਲਈ। ਖਿੱਚੀ ਵਾਲੇ ਕਹਿਣਾ ਸੀ ਕਿ ਦੁਆਵਾਂ ਹਾਂ, ਖਿੱਚੀ ਵਾਲੇ ਤੇ ਕਹਿ ਕੇ ਆਉਣਾ ਸੀ ਕਿ ਦੁਆ ਉਹ ਸਾਡੇ ਬਾਰਿਸ਼ ਹੋ ਗਈ ਹੈ। ਹਾਂ ਉਹ ਵੀ ਦੁਆ ਜਿੰਨਾ ਮਰਜ਼ੀ ਕਿਸੇ ਨੇ ਗੁੱਸਾ ਕੀਤਾ ਹੋਵੇ। ਆਪਣੇ ਪੁੱਤਾਂ ਤੋਂ ਬਗੈਰ ਰੋਟੀ ਖਾਧਾ ਹੀ ਨੀ। ਆਪਾਂ ਦੋ ਜਣੇ ਰੋਟੀ ਖਾਂਦੇ, ਇਹਨਾਂ ਦੋਵਾਂ ਦਫ਼ਾ ਇਹਨਾਂ ਬਾਕੀਆਂ ਨੂੰ ਸਾਰਿਆਂ ਨੂੰ ਮਾਰਾ, ਆਪਾਂ ਦੋ ਜਣੇ ਰੋਟੀ ਖਾਂਦੇ। ਤੂੰ ਕਿਉਂ ਖਾਣੇ? ਹੱਥ ਬੜਾ ਕਰ ਲਾਗੇ ਖਾਲਾ ਬਸ ਇੱਕ ਮੁਰਗੀ ਦਾ ਗੁੱਸਾ ਸੀ, ਬਸ ਇੱਕ ਮੁਰਗੀ ਤੋਂ ਬਾਅਦ ਹੋਰ ਪਤਾ ਬਣ ਜਾਂਦਾ।
ਸੁਲਾ ਹੋ ਗਈ ਅਗਲੀ ਖਾ ਲਓ ਪਹਿਲਾਂ ਫਲਕਗੁਰੀ ਸੁਬਹ ਸੁਬਹ ਆਪਣੇ ਉਸਤਾਦਾਂ ਘਰੋਂ ਹੰਸਾਇਆ ਕਰੋ ਸਰਵ ਜੀ ਨਗਰ ਪੜ੍ਹ ਜਾਂਦੀ ਨਾ ਉਹਨਾਂ ਕੋਲ ਲੈ ਕੇ ਆਈ ਦਰਜਾ ਹੈ ਤੇ ਨਹੀਂ ਮੀਂਹ ਹੁਣ ਮੀਂਹ ਆ ਰਿਹਾ ਤੇ ਮਾਸ਼ਾਅੱਲਾ ਜੀ ਇੱਧਰ ਇੱਧਰ ਦੇਖੋ ਅੱਜ ਫਿਰ ਦਰਿਆ ਉਹਨਾਂ ਨੇ ਸੁਬਹ ਸੁਬਹ ਵੰਡਿਆ ਅਤੇ ਇੱਧਰ ਮਾਸ਼ਾਅੱਲਾ ਬੱਦਲ ਚੈੱਕ ਕਰੋ ਜੀ ਉਹ ਬੜਾ ਨੇਰ ਉਹ ਬੜਾ ਕਾਲਾ ਬੱਦਲ ਜਿਹਾ ਚੜਿਆ ਆਹ ਦੇਖੋ ਐਸ ਨੁੱਕਰ ਦੇ ਵਿੱਚ ਇਹਦਾ ਚੈੱਕ ਕਰੋ ਮਾਸ਼ਾਅੱਲਾ ਵੇਖੋ ਕਾਲਾ ਸ਼ਾਹ ਬੱਦਲ ਚੜਿਆ ਪਿਆ ਇੱਧਰ ਕੱਲ੍ਹ ਦੀ ਬਾਰਿਸ਼ ਹੋਈ ਤਾਂ ਮਾਸ਼ਾਅੱਲਾ ਚੈੱਕ ਕਰੋ ਇੱਧਰ ਮੌਸਮ ਸੁਬਹ ਸੁਬਹ ਕਿੰਨਾ ਪਿਆਰਾ ਲੱਗਣ ਡਿਆ ਮਾਸ਼ਾਅੱਲਾ ਮਾਸ਼ਾਅੱਲਾ ਚੈੱਕ ਕਰੋ ਹਰ ਚੀਜ਼ ਧੁੱਪੀ ਦਰਖਤ ਧੁੱਪੇ ਹੋਏ ਤਾਰੇ ਕਿੰਨੇ ਪਿਆਰੇ ਲੱਗਣ ਡਿਆ ਚੈੱਕ ਕਰੋ ਮਾਸ਼ਾਅੱਲਾ